ਯਾਰ ਮਰੇ ਭਰਾਓ ਇੱਕ ਹੀ ਗੱਲ ਕਰਾਂ ਅਗਾ ਨਾ ਕਰੀ ਕਿ ਅੱਜ ਮੈਂ ਖਾਸ ਕਲਾਮ ਲੈ ਕੇ ਆਂਦੇ ਆ ਤੁਸਾਂ ਨੂੰ ਇਨ ਕੋ ਵੀ ਬੜੇ ਮਜ਼ੇਦਾਰ ਕਲਾਮ ਮੈਂ ਲੈ ਕੇ ਆਂਦੇ ਆ ਅਗਾ ਪ੍ਰੋਗਰਾਮ ਮੈਂ ਕਮਰੇ 'ਤੇ ਕਰਦਾ ਆ ਸਾਂ ਸਟੂਡੀਓ 'ਤੇ ਕਰਦੇ ਆ ਸਾਂ ਮਲਕ ਮਨਜ਼ੂਰ ਕਮਰੇ 'ਤੇ ਕਰਦਾ ਜਾਂ ਬਾਹਰ 'ਤੇ ਮਨਜ਼ੂਰ ਸਾਂ ਦਿਓ ਸਟੂਡੀਓ 'ਤੇ ਕਰਦਾ ਤੇ ਮੈਂ ਤਾਂ ਪ੍ਰਾਨਿਤ ਜਾਈਆਂ ਜਾਂ ਜਿੱਥੇ ਅਜੀ ਚੰਜ਼ੇਬ ਨਾਲ ਬਹਿ ਕੇ ਅਸੀਂ ਪ੍ਰੋਗਰਾਮ ਕਰਦੇ ਆ ਸਾਂ ਬਿਮਾਰ ਹੈ दुआ करो अल्लाह पाप उन्होंने को सहजयाब करे मुड़ के अपनी जाइ वरदान आवें ये बाकी प्राव क्या हाल खैर है तो दुबई वाले ठीक हो खैरियत है, है। मलिक साहब मलिक फियाज साहब क्या हाल खैर है रहे? कदीर खान तुम ठीक हो मुल्क बच्चे या जा मुल्क तो बाहर हो कराची लाहौल पशावर इस्लामाबाद पिंडी हजारेब जो सुनने वाले देखने वाले असलाम आखते हैं तो सी याद करते हैं उम्मीद है तुम भी अस को याद करते हो प्रोग्राम सुन के ते, ते शेयर भी करते करो ते नाल कमेंट्स भी लगे करो दस की हौसला अफजा ही होता है जी बंडी चाड़िए खुशहाल बंडी चाढ़िए खुशहाल सिर लगता सा छता नाल तलो कीती में सारी ये ता में बंडी चाड़िए बाड़ी चाड़िए खुशहाल सिर लगता सा छत नालो जलों की सारीे ता बंडी में चाड़िए बाड़ी चाड़िए मैं कजिए नाल ਬਾਂਢੀ 40 ਮੈਂ ਕਜ਼ੀਏ ਨਾਲ ਮਰ ਗਿਆ ਸਾਂ ਮੈਂ ਸੀਏ ਨਾਲ ਨਾ ਸਰਾਤਾ ਚਾਦਰ ਸੀ ਨਾ ਸ਼ਾੜੀਏ ਕਿਹਾਂ ਮੈਂ ਬਾਂਢੀ 40 ਬਾਂਢੀ 40 ਮੈਂ ਕਜ਼ੀਏ ਨਾਲ ਮਰ ਗਿਆ ਸਾਂ ਉਥਾਂ ਮੈਂ ਸੀਏ ਨਾਲ ਨਾ ਉਥਾਂ ਮੜ ਕੋ ਚਾਦਰ ਸੀ ਤੇ ਨਾ ਸ਼ਾੜੀਏ ਤੇ ਤਾਂ ਮੈਂ ਬਾਂਢੀ 40 ਬਾਂਢੀ 40 ਬੱਡੀ ਓਖੀ ਬਾਂਢੀ 40 ਬੱਡੀ ਓਖੀ ਮੈਂ ਤਾਂ ਬੰਸਾਂ ਵਿੱਚ ਖੋਤੀ ਉਹ ਮੈਂ ਕਹਿਦੀ ਵੀ ਉਦਾਰੀਏ ਤਾਂ ਮੈਂ ਬਾਂਢੀ 40 ਬਾਂਢੀ ਚਾੜੀ ਬੜੀ ਓਖੀ ਮੋਥਾ ਬੰਸਾਂ ਵਿੱਚ ਖੋਤੀ ਜਿਹੜੀ ਕੈਦੀ ਮੈਂ ਉਧਾਰੀਏ ਤਾਂ ਮੈਂ ਬਾਂਢੀ ਚਾੜੀਏ ਬਾਂਢੀ ਰੋਜ਼ ਰੋਜ਼ ਮੈਂ ਕੁੱਟਦਾ ਬਾਂਢੀ ਰੋਜ਼ ਰੋਜ਼ ਮੈਂ ਕੁੱਟਦਾ ਕਦੀ ਬਹਿਨਾ ਕਦੀ ਉੱਠਦਾ ਕੜੀ ਉਤਾ ਮੁੱਝ ਭਾਰੀਏ ਤਾਂ ਮੈਂ ਬਾਂਢੀ ਚਾੜੀਏ ਤੇ ਆਖਰੀ ਸ਼ੇਰ ਖੁਸ਼ਾਲ ਗਿਆ ਮਾਲਾ ਨਾਲ ਕਪਤਾ ਕਾ ਹਾਲ ਸਾਲੋ ਸਾਲ ਖੁਸ਼ਾਲ ਗਿਆ ਮਾਲਾ ਨਾਲ ਕਾ ਕਪਤਾ ਹੂ ਸਾਲੋ ਸਾਲ ਦੇਖਤਾ ਮੈਂ ਉਸਦੀ ਚਾਲ ਦੁੱਧਾਂ ਵੇਚ ਪਾਣੀ ਪਾਂਦੀ ਮੇ ਤਾੜੀ ਤੇ ਤਾਂ ਮੈਂ ਬਾਂਢੀ ਚਾੜੀ ਤੇ ਬਰਾਉ ਕਿਆ ਲੈ ਖੈਰ ਇਹ ਉਮੀਦ ਹੈ ਕਿ ਕਲਾਮ ਤੁਸਨ ਪਸੰਦ ਆਇਆ ਹੋਸੀ ਤੇ ਤੁਸੀਂ ਅਗਾ ਸ਼ੇਅਰ ਵੀ ਕਰਸੋ ਤੇ ਕਮੈਂਟਸ ਵੀ ਦਿਦਸੋ ਤੁਸਨ ਕੇਜਾ ਕੇਜਾ ਪ੍ਰੋਗਰਾਮ ਦਗਿਆ ਅਸਤ ਦੇਸੀ ਐਨਕੋਟਾਜ ਪ੍ਰੋਗਰਾਮ ਹੁੰਦਾ ਤੇ ਕੋਈ ਵੀ ਅਗਰ ਸਲਾਦੀ ਨਿਊਜ਼ ਵਿੱਚ ਮੜੇ ਨਾਲ ਬੈ ਕੇ ਪ੍ਰੋਗਰਾਮ ਕਰਨਾ ਚਾਹਦੇ ਤਾਂ ਅਸੀਂ ਸੁਖ ਬੋਲ ਹ ਅਸਾਂ ਹਾਲ ਕਰਦੇ ਆ ਹਫਤੇ ਆ ਅਸਾਂ ਹਾਲ ਬੈਵਾਸਾ ਪ੍ਰੋਗਰਾਮ ਕਰਿਆ ਇਨ ਕੋ ਦਾ ਅਸੀਂ ਉਸ ਨੂੰ ਕੋ ਵੈਲਕਮ ਕਰਸਾਂ ਤੇ ਹੋਰ ਪਰ ਆ ਠੀਕ ਹੈ ਬਾਕੀ ਅੱਜ ਕੱਲ ਸਿਆਲਾ ਹੈ ਲੋਕ ਮਲਟਾਨੀ ਫਸਲ ਸੰਭਾਲ ਕੇ ਦੀ ਹੈ ਹੁਣ ਕੰਕਾਂ ਰਹਿ ਨੇ ਤੇ ਅਗਾ ਪੁਰਾਣੇ ਲੋਕ ਜਿਹੜੇ ਅਸੀਂ ਇਸ ਦੌਰ ਵਿੱਚ ਇਸ ਮੌਸਮ ਵਿੱਚ ਲੁਕ ਰੈਂ ਸ਼ੁਕਰਾਨੇ ਟੁਕਦੇ ਅਸੀਂ ਸਿਆਲੇ ਵਾਸਤੇ ਜਮਾ ਕਰਦੇ ਅਸੀਂ ਨਾ ਗੈਸ ਸਿਆਸਤ ਨਾ ਅਸੀਂ ਲੋਕ ਨਹੀਂ ਟੁਕਦੇ ਅਸੀਂ ਉਹ ਬਣੀਆਂ ਸਹੀ ਕਰਦੇ ਅਸੀਂ ਮਕਾਨਾਂ ਨੂੰ ਤਪਰਾਤ ਕੇ ਉਹਨਾਂ ਤਾਂ ਨਵਾ ਕਾਠ ਪਾਉਂਦੇ ਅਸੀਂ ਮਿੱਟੀਆਂ ਪਾਉਂਦੇ ਕੁੱਟਦੇ ਅਸੀਂ ਬਲੀਆਂ ਬੰਦੇ ਅਸੀਂ ਮਾਸੀਆਂ ਲਪਾਈ ਕਰਦੀਆਂ ਅਸੀਂ ਘਲੋਟੀਆਂ ਛਲੋਟੀਆਂ ਸਵਾਗ ਕਰਦੀਆਂ ਅਸੀਂ ਵਿੱਚ ਦਾਣੇ ਛਾਣੇ ਪਾਉਂਦੇ ਅਸੀਂ ਤੇ ਫਿਰ ਉਸ ਤੋਂ ਬਾਅਦ ਉਹ ਜੰਦਰਾ ਦਾ ਜੁਲ ਕੇ ਦਾਣੇ ਭਾਲ ਕੇ ਆਣ ਕੇ ਤੇ ਪੂਰੇ 4-5 ਮਹੀਨੇ ਦਾ ਉਹ ਲਾਸ਼ਨ ਜਮਾ ਕਰਦੇ ਅਸੀਂ ਹਰ ਸ਼ਾ ਜਮਾ ਕਰਦੇ ਲੁਕੜੀਆਂ ਸਮੇਤ ਕਾਲੀਆਂ ਮਾਂਦੀਆਂ ਦਾਲੀਆਂ ਆਹ ਆਟਾ ਇਹ ਮਸਤਬਾ ਜਿੰਨੇ ਖਾਣਾ ਪੀਣੇ ਨੇ ਜਿੰਨੀਆਂ ਚੀਜ਼ਾਂ ਹਨ ਉਹ ਜਮਾ ਕਰਦੇ ਸੀ ਸਟਾਕ ਕਰਦੇ ਸੀ ਫਿਰ ਚਾਨੇ ਦਾ ਬਹਿ ਕੇ ਖੂਬ ਤੋਂ ਦੇ ਮਜ਼ੇ ਕਹਿੰਦੇ ਸੀ ਸਾਲੇ ਵੇ ਤੇ ਬਰਫਾਂ ਦੀ ਪਾਵਨ ਤੋਂ ਨਾਲ ਕੋਈ ਪਰਵਾਹ ਨਾ ਸੀ ਮਜ਼ਾਰਕ ਕਦੋਂ ਕਦੋਂ ਜੁਮਦੇ ਆ ਸੀ ਉਹ ਲੂਣ ਸਬੂਨ ਵਾਸਤੇ ਬਾਕੀ ਕੋਈ ਨਾ ਜੁਲਦੇ ਬਾਕੀ ਹਰ ਸ਼ੈ ਘਰਾਂ ਦੀ ਹੁੰਦੀ ਆ ਸੀ ਠੀਕ ਹੈ ਨਾ ਤੇ ਪ੍ਰੋਗਰਾਮ ਦਾ ਵੇਲਾ ਉਹ ਗਿਆ ਖਤਮ ਤੇ ਇਸੇ ਨਾਲ ਉਹ ਮਲਕ ਮਨਜ਼ੂਰ ਹੈ ਅਗਲੇ ਪ੍ਰੋਗਰਾਮ ਤੱਕ ਇਜਾਜ਼ਤ ਦਿਓ ਉਸ ਲਈ ਤਾਂ ਖੁਦਾ ਆਫਰ ਹੈ